ਬੁਰਾ ਹਾਲ ਕਰ ਦਿੱਤਾ। ਆ ਝਾੜੂ ਵਾਲੇ ਨੇ ਤਾਂ ਐਡੀ ਵੱਡੀ ਠੱਗੀ ਮਾਰੀ ਆਪਣੇ ਨਾਲ, ਕਹਿੰਦੇ ਕੁਛ ਸੀ, ਦਿਖਾਉਂਦੇ ਕੁਛ ਸੀ, ਅਸਲੀਅਤ ਕੁਛ ਹੋਰ ਸੀ। ਆ ਜਿਹੜੀਆਂ ਪਾਰਟੀਆਂ, ਜਿਹੜੀਆਂ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਤੇ ਪੰਜਾਬ ਦੀ ਖੇਤਰੀ ਪਾਰਟੀਆਂ ਦਾ ਜ਼ਮੀਨ ਆਸਮਾਨ ਦਾ ਫਰਕ ਹੈ। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ, ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ। ਅਕਾਲੀ ਦਲ ਸਮਝਦੀ ਹੈ ਤੁਹਾਡੀਆਂ ਮੁਸ਼ਕਲਾਂ ਕੀ ਹੈ, ਕਿਉਂਕਿ ਪੰਜਾਬ ਦੀ ਰਹਿਣ ਵਾਲੀ ਹੈ। ਸਾਡੇ ਲੀਡਰ ਇੱਥੇ ਹੀ ਜੰਮੇ ਪਲੇ ਹੈ, ਤੁਹਾਡੀਆਂ ਘਰਾਂ ਚੋਂ ਨਿਕਲੇ ਹੈ। ਆ ਦਿੱਲੀ ਦੀਆਂ ਕੇਜਰੀਵਾਲ ਦੀਆਂ ਪਾਰਟੀਆਂ, ਭਾਵੇਂ ਕਾਂਗਰਸ ਹੋਏ ਭਾਵੇਂ ਬੀਜੇਪੀ ਹੋਏ, ਉਹਨਾਂ ਦਾ ਲਗਾ ਪੰਜਾਬ ਨਹੀਂ, ਉਹ ਇੱਥੇ ਕਾਬਜ਼ ਹੋਣ ਆਉਂਦੇ ਹੈ। ਤੁਸੀਂ ਦੇਖ ਲਓ, ਜਦੋਂ ਜਦੋਂ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਰਿਹਾ, ਹਰ ਕਿਸਮ ਦੀ ਸਹੂਲਤ ਗਰੀਬ ਭਾਈਚਾਰੇ ਨੂੰ, ਕਿਸਾਨ ਨੂੰ, ਵਪਾਰੀ ਨੂੰ ਦਿੱਤੀ ਗਈ। ਅੱਜ ਜੋ ਕੁਛ ਵੀ ਮਿਲਦਾ ਸੀ, ਦੇਖੋ ਤੁਸੀਂ ਯਾਦ ਕਰੋ, ਵੱਡੇ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਨੀਲੇ ਕਾਰਡ ਦੇ ਕੇ, ਉਹਨਾਂ ਨੇ ਸ਼ਗਨ ਸਕੀਮ ਉਹਨਾਂ ਨੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ, ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ, ਐਸਸੀ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਸਕਾਲਰਸ਼ਿਪ ਸਕੀਮ ਬਾਦਲ ਸਾਹਿਬ ਨੇ, ਅਕਾਲੀ ਦਲ ਨੇ ਸ਼ੁਰੂ ਕੀਤੀ, ਲੜਕੀਆਂ ਨੂੰ ਸਾਈਕਲ ਦੇਣੇ ਅਕਾਲੀ ਦਲ ਨੇ ਸ਼ੁਰੂ ਕੀਤੇ, ਐਸਸੀ ਭਾਈਚਾਰੇ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੀ ਸਕੀਮ ਸਾਰੀ ਅਕਾਲੀ ਦਲ ਨੇ ਕੀਤੀ। ਜਿੰਨੀ ਤੁਸੀਂ ਤਰੱਕੀ ਦੇਖੋਗੇ ਸ਼ਹਿਰਾਂ ਵਿੱਚ, ਸੀਵਰੇਜ ਤੁਸੀਂ ਆਪਣਾ ਹੀ ਹਲਕਾ ਦੇਖ ਲਓ, ਢਿੱਲੋਂ ਸਾਹਿਬ ਇੱਥੇ ਤੁਹਾਡੇ ਸੇਵਾਦਾਰ ਹੈ, ਮੇਰੇ ਤਾਂ ਢਿੱਲੋਂ ਸਾਹਿਬ ਨਾਲ ਬਹੁਤ ਭਰਾਵਾਂ ਵਾਂਗੂ ਸੰਬੰਧ ਹੈ। ਮੈਨੂੰ ਲੱਗਦਾ ਤੁਹਾਡੇ ਹਲਕੇ 'ਚ ਕਿੰਨਾ ਕੁ ਲਾ, 400-500 ਕਰੋੜ ਰੁਪਇਆ ਇੱਥੇ ਡਿਵੈਲਪਮੈਂਟ ਲਾਇਆ। ਤੁਸੀਂ ਦੱਸ ਦਿਓ, ਜਦੋਂ ਦਾ ਕਾਂਗਰਸ ਦੀ 5 ਸਾਲ ਸਰਕਾਰ ਰਹੀ, ਹੁਣ ਝਾੜੂਆਂ ਦੇ ਜੇ 1 ਰੁਪਇਆ ਵੀ ਲੱਗਿਆ ਹੋਏ। ਲੁਧਿਆਣਾ ਸ਼ਹਿਰ ਵਿੱਚ ਭਾਵੇਂ ਸੜਕਾਂ, ਭਾਵੇਂ ਫਲਾਈਓਵਰ ਹੈ, ਭਾਵੇਂ ਬਾਈਪਾਸ ਹੈ, ਭਾਵੇਂ ਸੀਵਰੇਜ ਹੈ, ਸਾਰੀਆਂ ਸਹੂਲਤਾਂ ਅਕਸ਼ੋਮੀ ਅਕਾਲੀ ਦਲ ਦੀ ਸਰਕਾਰ। ਅਕਾਲੀ ਦਲ ਜਿਹੜੀ ਪਾਰਟੀ ਹੈ, ਉਹ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ, ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਆਉਂਦਾ, ਉਹ ਆਪ ਜਾ ਕੇ ਉਹਨਾਂ ਨਾਲ ਮਨਾਉਂਦੇ। ਨਾਲੇ ਜਿੰਨੇ ਧਾਰਮਿਕ ਸਥਾਨ ਹੈ, ਤੁਸੀਂ ਜਾ ਕੇ ਦੇਖੋ, ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਕਲਾਲਗੜ੍ਹ, ਉਹਨਾਂ ਨੇ ਬੜਾ ਵਧੀਆ ਪਲਾਨ ਕਰਕੇ 300 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ, ਕੰਮ ਚਲਾਤਾ, ਜਦੋਂ ਕਾਂਗਰਸ ਆਈ ਉਹਨੇ ਬੰਦ ਕਰ ਦਿੱਤਾ। ਭਗਵਾਨ ਵਾਲਮੀਕਿ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਬਾਦਲ ਸਾਹਿਬ ਨੇ ਬਣਾਇਆ, ਦੁਰਗਿਆਣਾ ਮੰਦਿਰ ਬਾਦਲ ਸਾਹਿਬ ਨੇ ਬਣਾਇਆ, ਤੇ ਦਰਬਾਰ ਸਾਹਿਬ ਦੀ ਤਾਂ ਸੇਵਾ ਕਰਨੀ ਸੀ। ਮੈਨੂੰ ਯਾਦ ਹੈ ਗੁਰੂ ਰਵਿਦਾਸ ਜੀ ਮਹਾਰਾਜ ਦੀ ਯਾਤਰਾ ਵਾਸਤੇ ਵਾਰਾਣਸੀ ਵਾਸਤੇ ਟ੍ਰੇਨ ਵੀ ਚਲਾਈ, ਬਾਦਲ ਸਾਹਿਬ ਨੇ ਚਲਾਈ ਸੀ, ਕਿਉਂਕਿ ਸਾਨੂੰ ਪਤਾ ਅਸੀਂ ਤੁਹਾਡੇ 'ਚ ਰਹਿਣ ਵਾਲੇ ਹਾਂ, ਤੁਹਾਡੀਆਂ ਭਾਵਨਾ ਪਤਾ। ਅੱਜ ਹਾਲਾਤ ਆ ਹੋ ਗਈ ਪੰਜਾਬ ਦੇ ਵਿੱਚ, ਜਦੋਂ ਦੇ ਝਾੜੂ ਵਾਲੇ ਆਏ ਹੈ, ਗੁੰਡਾ ਗਰਦੀ ਦਾ ਰਾਜ, ਗੈਂਗਸਟਰਾਂ ਦਾ ਰਾਜ ਹੋ ਗਿਆ, ਨਸ਼ਾ ਘਰ ਘਰ ਪਹੁੰਚਾਤਾ ਇਹਨਾਂ ਨੇ। ਮੈਂ ਪੁੱਛਿਆ ਅਫਸਰਾਂ ਨੂੰ,
ਕਿ ਨਸ਼ਾ ਇੰਨਾ ਜ਼ਿਆਦਾ ਕਿਉਂ ਫੈਲ ਗਿਆ। ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ ਜੀ, ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ MLA ਦੇ ਆਖੇ ਲੱਗਣਾ ਤੇ MLA ਨੇ ਸਾਨੂੰ ਰੋਕਿਆ ਕਿ ਆਹ ਬੰਦੇ ਜਿਹੜੇ ਵੇਚਦੇ ਨੂੰ ਹੱਥ ਨਹੀਂ ਲਾਉਣਾ, ਕਿਉਂਕਿ MLA ਇਹਨਾਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗ ਗਏ। ਕੋਈ 10 ਲੱਖ ਲੈ ਰਿਹਾ ਮਹੀਨੇ ਦਾ, ਕੋਈ 15 ਲੱਖ ਲੈ ਰਿਹਾ। ਆਹ ਤਾਂ ਹਾਲਾਤ ਬਣੇ ਪਏ ਆ। ਅੱਜ ਹਾਲਾਤ ਆ, ਆਟਾ ਦਾਲ ਸਕੀਮ ਬੰਦ ਹੋ ਗਈ, ਸ਼ਗਨ ਮਿਲ ਨਹੀਂ ਰਿਹਾ, ਪੈਨਸ਼ਨਾਂ ਦੇ ਕਾਰਡ ਕੱਟਦੇ, ਐਸੀ ਸਕਾਲਰਸ਼ਿਪ ਖਤਮ ਕਰਤੀ। ਆ ਜਿਹੜੇ 200 ਯੂਨਿਟ ਦੇ ਕਹਿੰਦੇ 300 ਵਧਾ ਦੇ, 200 ਤੋਂ ਬਾਦਲ ਸਾਹਿਬ ਵੀ ਦਿੰਦੇ ਹੁੰਦੇ ਸੀ, ਤੇ ਅੱਜ ਮੈਂ ਦੇਖਿਆ ਬਹੁਤ ਗਰੀਬ ਜਨਤਾ ਦੇ ਬਿੱਲ ਕਿੰਨੇ ਕਿੰਨੇ ਆਈ ਜਾਂਦੇ ਆ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ, ਆਪਾਂ ਬਹੁਤ ਕੁਛ ਦੇਖ ਲਿਆ, ਬਹੁਤ ਤਜਰਬੇ ਕਰ ਲਏ, ਆਪਾਂ ਜਿਹੜਾ ਆਉਂਦਾ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਹਾਂ। ਆਪਾਂ ਇਹਨਾਂ ਦੀ ਗੱਲਾਂ 'ਚ ਆ ਗਏ, ਝਾੜੂ ਵਾਲਿਆਂ ਦੇ 92 MLA ਜਿਤਾ ਤੇ, ਤੇ ਅੱਜ ਕਿੱਥੇ ਹੋ? ਅੱਜ ਹਰ ਜਗ੍ਹਾ ਤੇ 1000 ਕਰੋੜ ਰੁਪਇਆ ਆਪਣੇ ਇਸ਼ਤਿਹਾਰਾਂ ਤੇ ਲਾਈ ਜਾਂਦੇ ਆ, ਤੁਹਾਡੇ ਵਾਸਤੇ ਆਟਾ ਦਾਲ ਦੇਣ ਵਾਸਤੇ ਪੈਸਾ ਹੈ ਨਹੀਂ, ਕਹਿੰਦੇ ਸ਼ਗਨ ਨਹੀਂ ਮਿਲ ਰਹੇ ਪੈਸਾ ਹੈ ਨਹੀਂ, ਤੇ 1000 ਕਰੋੜ ਰੁਪਇਆ ਆ ਬੋਰਡਾਂ ਤੇ ਆਪਣੇ ਇਸ਼ਤਿਹਾਰ ਪੂਰੇ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਦੇ ਲਾਉਣ ਤੇ ਲਾਏ। ਇਹ ਜਿਹਾ ਮੁੱਖ ਮੰਤਰੀ ਜਿਹੜਾ ਪੰਜਾਬ 'ਚ ਆਉਂਦਾ ਹੀ ਨਹੀਂ, ਮਿਲਦਾ ਹੀ ਨਹੀਂ, ਇਕੱਲਾ ਕੰਮ ਹੈ ਕੇਜਰੀਵਾਲ ਦੇ ਮਗਰ ਮਗਰ ਫਿਰਦਾ ਰਹਿੰਦਾ। ਜੇ ਕਿਸੇ ਗਲੀ ਦਾ ਵੀ ਉਦਘਾਟਨ ਕਰਨਾ, ਕੇਜਰੀਵਾਲ ਨੂੰ ਬੁਲਾਉਂਦਾ ਇੱਥੇ ਤਾਂ ਗਲੀ ਦਾ ਉਦਘਾਟਨ ਕਰਨ ਵਾਸਤੇ। ਮੈਂ ਬੇਨਤੀ ਕਰਨਾ, ਪੰਜਾਬ ਆਪਣਾ ਆਪਣਾ ਪੰਜਾਬ ਹੈ, ਆਪਣਾ ਤੁਹਾਡੀ ਆਪਣੀ ਮਾਂ ਪਾਰਟੀ ਹੈ ਤੁਹਾਡੇ, ਆ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ, ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ। ਆ ਪਾਰਟੀ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ। ਆਪਣੀ ਪਾਰਟੀ ਤੂੰ ਤਗੜਾ ਕਰੋ, ਆ ਦਿੱਲੀ ਵਾਲਿਆਂ ਨੂੰ ਪਜਾਈਏ, ਆ ਜਿੰਨੇ ਵੀ ਝਾੜੂ ਵਾਲੇ ਹੈ, ਭਾਵੇਂ ਹੁਣ ਨਵਾਂ ਕਮਲ ਦਾ ਫੁੱਲ ਵੀ ਆ ਗਿਆ, ਹੁਣ ਕਾਂਗਰਸ ਹੀ ਹੈ, ਇਹਨਾਂ ਨੇ ਤਾਂ ਗੱਲਾਂ ਪੰਜਾਬ ਨੂੰ ਬਰਬਾਦ ਕੀਤਾ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਮੈਂ ਇੱਕ ਮਤ ਨੂੰ ਵਿਸ਼ਵਾਸ ਦੇਣਾ, ਜਿਸ ਦਿਨ ਆਪਣੀ ਸਰਕਾਰ ਆ ਗਈ, ਜੋ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ ਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਪਵਿੱਤਰ ਸਥਾਨ ਕਾਲਗੜ੍ਹ ਨੂੰ ਖੂਬਸੂਰਤ ਬਣਾਉਣਾ, ਜਿੱਥੇ ਕੰਮ ਰੁਕਿਆ ਪਹਿਲੇ ਦਿਨ ਸ਼ੁਰੂ ਕਰਕੇ ਉਸ ਸਥਾਨ ਨੂੰ ਕਾਲਗੜ੍ਹ ਬਹੁਤ ਦੂਜੀ ਗੱਲ ਮੈਂ ਇਸ ਨੌਜਵਾਨ ਵੀਰ ਨੂੰ ਦੱਸਣਾ ਚਾਹੁੰਦਾ, ਬਹੁਤ ਹਿੰਮਤੀ, ਮੈਂ ਤਾਂ ਚੁਣ ਚੁਣ ਕੇ ਹੀਰੇ ਇਕੱਠੇ ਕਰ ਰਿਹਾ। ਦੇਖੋ ਜਿਹੜਾ ਬੰਦਾ ਜਨਤਾ 'ਚ ਰਹਿੰਦਾ ਉਹਦਾ ਉਹਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਲੋਕ ਉਹਨਾਂ ਪਿਆਰ ਕਰਦੇ ਆ। ਜਦੋਂ ਮੇਰੇ ਵੀਰ ਨੂੰ ਮਿਲਿਆ ਪਹਿਲੀ ਵਾਰ, ਮੈਂ ਕਿਹਾ, ਮੈਂ ਕਿਹਾ ਯਾਰ ਤੂੰ ਮੇਰੇ ਨਾਲ ਹੀ ਆਉਣਾ, ਕਿਉਂਕਿ ਅਸੀਂ ਅਕਾਲੀ ਦਲ ਇੱਕ ਪਰਿਵਾਰ ਹੈ, ਸਾਡਾ ਕੋਈ ਹਾਈਕਮਾਂਡ ਨਹੀਂ, ਅਸੀਂ ਸਾਰੇ ਪਰਿਵਾਰ ਵਾਂਗੂ ਫੈਸਲਾ ਕਰਦੇ ਹਾਂ। ਇੱਥੇ ਢਿੱਲੋਂ ਸਾਹਿਬ ਬੈਠੇ ਆ, ਚੰਨੀ ਜੀ ਆਪਣਾ ਸ਼ਰਨਜੀਤ ਬੈਠੇ ਆ, ਸਾਰੇ ਇੱਥੇ ਲੀਡਰ ਬੈਠੇ, ਸਾਰੇ ਪਰਿਵਾਰ ਵਾਂਗੂ ਹੀ ਅਸੀਂ। ਤੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਆਹ ਜਿਹੜੀ ਜੰਗ ਹੈ ਪਾਰਲੀਮੈਂਟ ਦੀ, ਬੜੀ ਜ਼ਰੂਰੀ ਹੈ। ਆਪਾਂ ਦੱਸਣਾ ਉਹਨਾਂ ਨੂੰ ਕਿ ਜੇ ਤੁਸੀਂ ਠੱਗੀ ਮਾਰ ਕੇ 792 ਸੀਟਾਂ ਲੈ ਜਾ ਸਕਦੇ ਹੈ, ਅਸੀਂ ਤੁਹਾਡੀਆਂ ਜ਼ਮਾਨਤਾਂ ਜ਼ਬਤ ਵੀ ਕਰਾ ਸਕਦੇ ਹਾਂ।